मार साहब हो। अच्छा अच्छा जीवन अली नहीं है उस किता अज बड़े शो दे भू रो रो के फोन किता है। नाले तेन मैं एक एक गल दसा ऐ तू ठोए तेरा दिल मोह मो जांदा ऐ ठो दिल मोम ना कर ली कोई पलटी का ही वजन वे क्या कर सन तो मालू ना लोड़ है आ थोड़ा सारा मेन गल कर लैन देवी बराबर हाँ भी चाचा जीवन अली चाचा हूं की रोला है दस तो सही बढ़िया रोंदा क्यों है गल तो दसो दो परेशानियां जी दो परेशानियां पहली पहले दसो पहली जी परसों फा लैन लगा वो क्यों निवाज शरीफ वापस आंदा पिया पाकिस्तान तो तू फा क्यों लैंदा पिया मैं जी पता है उस मुड़ खजाना वेला करके मुड़ बाहर वग जावना मुबशर नहीं जी मुबशर मुबशर जी साडे गवाड़ रहंदा है अच्छा ओ अच्छा ठीक है मधरा जा नहीं छोड़ आ गया गिठना जा मुछड़ी वाला हां जी हां ਤੁਸੀਂ ਵੇਖੋ ਨਾ ਜੀ ਕਵਾੜ ਮੱਥਾ ਹਾਂ ਮੇਰੀ ਧੀ ਅੰਦੀ ਜਾਂਦੀ ਆਈ ਚੰਗਾ ਕਰਦੀ ਆ ਉਹ ਕੁੱਤਾ ਲੈ ਕੇ ਵਾਂਦਾ ਰਿਹਾ ਉਸ ਨੂੰ ਹਲਾ ਬੜਾ ਭੈੜਾ ਹੋਇਆ ਯਾਰ ਤੁਹਾਡੇ ਕੋਲ ਆਇਆ ਜੀ ਐਵੇਂ ਦੇ ਭਾਈ ਐਵੇਂ ਦੇ ਭਾਈ ਮਾਰ ਜੀ ਕੋਈ ਨਹੀਂ ਕਰ ਲੈਂਦੇ ਆ ਤੂੰ ਕਰ ਲੈਂਦੇ ਆ ਹੁਣ ਸਾਰੇ ਟੱਬਰ ਨੂੰ ਸਦਾ ਆਇਆ ਇੱਥੇ ਮੇਰੀ ਧੀ ਵਾਪਸ ਲੈ ਜਾਓ अच्छा भैया उन्होंने फोन कर सारा टब्बर इतने बदा डेरे दे विच आवे मैं कर दूं एक मिनट तू पहले आवे बड़ी मेहरबानी जी बड़ी मेहरबानी हेलो हां जी ओ मुबशर है हां जी मुबशर हां ओए वरा आवे ना तेरे नाल मैं मोक लेना तो केड़ी चगाल मारी है जी मार जी खैर है और आ इथे डेरे ते के रिया सारा टब्बर बदा हो इथे ਵੇਖੋ ਨਾ ਜੀ ਬੁੱਢਾ ਬੰਦਾ ਪਿਆ ਬਕਵਾਸ ਨਾਲ ਕੌਣ ਮੈਂ ਤੁਹਾਡੇ ਕੋਲ ਜੀ ਆਇਆ ਕਿਉਂ ਮੈਨੂੰ ਪਤਾ ਮੈਨੂੰ ਪਤਾ ਚੰਗੇ ਪਿਓ ਦੇ ਪੋਤਰੋ ਤੇ ਤੁਸੀਂ ਮੇਰਾ ਫੈਸਲਾ ਸਹੀ ਕਰੇ ਸੋ ਹੁਣ ਮੇਰਾ ਫੈਸਲਾ ਹੋ ਜਾ ਸੀ ਮੈਨੂੰ ਪਤਾ ਹੈ ਖੈਰ ਕਿਤੇ ਤੂੰ ਵੀ ਚੰਗੀ ਲੈ ਗਈ ਏ ਕਿਸੇ ਪਿਓ ਦੀ ਧੀ ਨਿਕਲ ਜਾਵੇ ਤੇ ਖੈਰ ਹੁੰਦੀ ਏ ਓ ਮੇਰੀ ਧੀ ਮੈਨੂੰ ਤਾਂ ਡਰ ਲੱਗਦਾ ਪਿਆ ਕਿਤਾ ਬੇੜਾ ਪਰ ਹੁਣ ਤੂੰ ਆ ਗਈ ਏ ਸਾਡੇ ਘਰ ਹੁਣ ਪਹਿਲਾਂ ਕੀਤਾ ਇਹ ਹੁਣ ਟੈਨਸ਼ਨ ਲੈਣ ਦੀ ਕੋਈ ਨਹੀਂ ਲੋੜ ਹੁਣ ਤੈਨੂੰ ਕੋਈ ਫਿਕਰ ਕੰਮ ਨਹੀਂ ਹੈ ਪਿਆ ਵੀ ਵੇਚ ਹੋ ਜਾਂਦਾ ਮੈਂ ਲੱਭਦਾ ਵਾ ਤੈਨੂੰ ਉਹ ਗੱਲ ਸੁਣੋ ਮੇਰੀ ਹਾਂ ਮੈਨੂੰ ਲੱਗਦਾ ਤੇਰਾ ਪਿਓ ਉੱਦੇ ਗਿਆ ਵਦਾ ਸਨੀ ਹੋਰਾ ਕੋਲ ਸਨੀ ਹੋਰਾ ਕੋਲ ਗਿਆ ਵਦਾ तेन सद्या ਕੁਝ ਨਹੀਂ ਆਉਂਦਾ ਜਿਹੜਾ ਹੈ ਨਾ ਸਨੀ ਦਾ ਵੀਰਾ ਕੁਝ ਵੀ ਮੈਨਾਂ ਤਾਲਾ ਕਰ ਲਈ ਮੈਂ ਉਹਨੂੰ ਜਾਣਦਾ ਉਹ ਤਾਂ ਬਹੁ ਡਾਡੇ ਨੂੰ ਓਏ ਉਹ ਜਿਹੜੇ ਡਾਡੇ ਵੀ ਹੈ ਨਾ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਜਿਹੜਾ ਹੈ ਨਾ ਸਨੀ ਦਾ ਵੀਰਾ ਉਹਨੂੰ ਤੁਸੀਂ ਕੋਈ ਨਹੀਂ ਜਾਣਦੇ ਜਿਸਲੇ ਉਹਨੂੰ ਮੈਂ ਚਾਰ ਆਨੇ ਵੀ ਖਾਵਣੇ ਨਾ ਤੇਰੇ ਪਿਓ ਨੂੰ ਵੀ ਇੱਜ਼ਤ ਕਰਕੇ ਨਾ ਘਰੋਂ ਕੱਢੇ ਤੇ ਮੇਰਾ ਨਾਂ ਚਾ ਉੱਥੇ ਜਾ ਕੇ ਕਿਤੇ ਪਿਓ ਨੂੰ ਵੇਖ ਕੇ ਨਾ ਤਰੋਸ ਨਾ ਕਰ ਜਾਵੀ ਨਾਲੇ ਉਹ ਪਤਾ ਹੀ ਫੋਨ ਤੇ ਪਿੱਛੋਂ ਮੈਨੂੰ ਉਸੇ ਦੀ ਆਵਾਜ਼ ਲੱਗਦੀ ਆਈ ਜਿਹੜਾ ਪਿਆਂਦਾ ਵੱਟੇ ਚਕਾਈ
ਨਾਲ ਕਾਈ ਲਈ ਆਵੇ ਭਈ ਵੱਟੇ ਦੇਣੀ ਨਾ ਪਾਇ ਜਾਵੇ ਮੇਰੀ ਗੱਲ ਸੁਣ ਇਹ ਨਾ ਸਮਝ ਮੈਂ ਤੇਰਾ ਮੂੰਹ ਯਤੀਮਾਂ ਵਾਲਾ ਵੇਖ ਕੇ ਮੈਂ ਤਾਂ ਇੱਥੇ ਵੇਸ ਗਈ ਹਾਂ ਤੇ ਹੁਣ ਮੈਂ ਤਰਸ ਖਾ ਜਾ ਪਿਓ ਮਾਂ ਤੇ ਤਾਂ ਹਮੇਸ਼ਾ ਦੀਆਂ ਤਰਸ ਹੀ ਕਰਦੀਆਂ ਪਰ ਤੂੰ ਐਡਾ ਕੋਈ ਬਾਦ ਨਸਲਾ ਮੈਂ ਟੱਕਰ ਹੈ ਤੇਰੇ ਮਗਰ ਮੈਂ ਆਪਣੇ ਪਿਓ ਨੂੰ ਹੀ ਭੁੱਲ ਗਈ ਹਾਂ ਹੁਣ ਤਾਂ ਮੈਂ ਨਾਲ ਤੂੰ ਨਹੀਂ ਜਾਣਦੀ ਪਈ ਆਏ ਵੇਦੀ ਪਈ ਹੈ ਤੂੰ ਹੀ ਉੱਥੇ ਚੁੱਪ ਕਰਕੇ ਬੈਠਿਆ ਰਾਲ ਅਗਾ ਉਹ ਜਾਣੇ ਤੇ ਮੈਂ ਜਾਣਾ ਉਹ ਰਫਾ ਜਾ ਪਿਓ ਲਗਾ ਤੂੰ ਅਗਾ ਜਾ ਲੇਡੀਜ਼ ਇਜ਼ ਫਾਸਟ ਨਹੀਂ ਤੂੰ ਫਾਸਟ ਐਡੀ ਕਦਾ ਕਰਨ ਵਾਲਾ ਫਾਸਟ ਹੋ ਕੀ ਕਰਾਂ ਮੁਕੱਦਸ ਵਾਗ ਤੱਕ ਗਏ ਨੂੰ ਤੇ ਜਾਂਦੀ ਮੈਂ ਵੀ ਪਈ ਹਾਂ ਮਗਰ ਇਹ ਜਿਹੜਾ ਹੈ ਨਾ ਗੀਟੀ ਇਸ ਮੇਰੇ ਹੱਥ ਦੇ ਛੱਡਾ ਇਹਨੂੰ ਉਹਨਾਂ ਨੂੰ ਤੇ ਮੈਂ ਮੇਰਾ ਅੱਬਾ ਜਿਹੜਾ ਮੂੰਹ ਤੂੰ ਜਿਹੜਾ ਮਸੂਮ ਹੈ ਅੰਦਰ ਓਡਾ ਕਾਲਾ ਹੈ ਇਸ ਮੇਰਾ ਉਂਝ ਹਾਲ ਹੈ ਛੱਡਾ ਉਸ ਤੋਂ ਪਹਿਲੇ ਮੁਕੱਦਸ ਹੋ ਜਿਸ ਵੇਲੇ ਵੇਖੇ ਮਮੱਛੇ ਮੇਰੀਆਂ ਬਾਹੀ ਦਿੰਦਾ ਪਿਆ ਉਸ ਵੇਲੇ ਮੈਂ ਕਿੱਦਾਂ ਹੋਜਦਾ ਹੀ ਅੱਲਾ ਬੇਲੀ ਉਸਾ ਜਾਂ ਉਸੇ ਤੇ ਡੋਰੇ ਪੇਸਾ ਤੋਇਆ ਚੌਧਰੀ ਮੈਨੂੰ ਹਟ ਕੇ ਹੀ ਨਾ ਦੋਵਾਂ ਗਲਾਂ ਨੂੰ ਨਾ ਦੇਸੀ ਆਪੋ ਹੀ ਜਾਨ ਜਿਹੜੀ ਹੈ ਨਾ ਉਹਨੂੰ ਜਿੱਥੇ ਆ ਜਾਵੇ ਨਾ ਬਚਾਵੋ ਬਚਾਵੋ ਹੀ ਚਾਹੀਦੀ ਹੈ ਭਾਵੇਂ ਉਹਦੇ ਵਿੱਚ ਕੋਈ ਲਾਲਚ ਵੀ ਹੋਵੇ ਮੈਨੂੰ ਉਸ ਟਾਈਮ ਆਪਣੀ ਜਾਨ ਬਚਾਵਾਂ ਹੀ ਹੈ ਮੈਨੂੰ ਐ ਮੱਛੇ ਦਾ ਪਿਆਰ ਨਹੀਂ ਚਾਹੀਦਾ ਪਿਆਰ ਨੂੰ ਮੈਂ ਚੱਕਿਆ ਪਾਗਲ ਤਾਂ ਨਹੀਂ ਹੋ ਜਿਹੜਾ ਤੂੰ ਗਾਰਦਿਆਂ ਲਾ ਕੇ ਟੋਰ ਪਿਆ ਇਸ ਨਾਲੋਂ ਚੰਗਾ ਹੈ ਵਿਦਵਾਨ ਲਾਲਚੀ ਬੰਦਾ ਹੈ ਉਹਨੂੰ ਕਰਦਾ ਫੋਨ ਹੋ ਬਈ ਜਿਹੜਾ ਉਹ ਬੈਠਾ ਨਾ ਬੁੱਢੜ ਉਹਨੂੰ ਪਹਿਲੇ ਬਜਾਵੇ ਤੇ ਮੇਰੀ ਲਾਮੇ ਗੱਲ ਸੁਣੋ ਹੈਲੋ ਹਾਂਜੀ ਰਿਜ਼ਵਾਨ ਸਾਹਿਬ ਬੋਲ ਰਹੇ ਹੋ ਹਾਂਜੀ ਹਾਂਜੀ ਮੁਬਸ਼ਰ ਹੈ ਹਾਂਜੀ ਉਹ ਮੈਂ ਤੁਹਾਡੇ ਨਾਲ ਇਹ ਗੱਲ ਕਰੂੰ ਆਮ ਉਹ ਬਈ ਜਿਹੜਾ ਉਹ ਬੁੱਢੜ ਆਇਆ ਨਹੀਂ ਬੈਠਾ ਜੀਵਨ ਖਾਨ ਹਾਂ 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 ਇੱਕ ਤਾਂ ਉਹਦੀ ਗੱਲ ਮੈਨੂੰ ਅੰਦਰੋਂ ਖਾ ਗਈ ਹੈ ਜਿਹੜਾ ਉਹ ਉੱਥੇ ਮਗਰੋਂ ਫੋਨ ਤੇ ਆਵਾਜ਼ ਆਉਂਦੀ ਪਈ ਆਈ ਮੈਂ ਸਿੰਜਾਣ ਗਿਆ ਉਹਦੀ ਆਵਾਜ਼ ਜਿਹੜਾ ਉਹ ਪਿਆਂਦਾ ਸੀ ਨਾ ਬਈ ਕਈ ਲਈ ਆਵੇ ਵੱਟੇ 'ਚ ਨਾ ਦੇਣੀ ਪਵੇ ਇਹਨੂੰ ਤਾਂ ਮੈਂ ਦੱਸੇ ਸਾਂ ਨਾ ਬਈ ਕਿਵੇਂ ਵੱਟੇ ਜੀਤਦੀਆਂ ਜਾਂ ਲਿਚਦੀਆਂ ਤੁਸੀਂ ਇੱਕ ਵਾਰੀ ਮੇਰੀ ਲਾਮੇ ਉਹ ਕੀ ਗੱਲ ਤਾਂ ਸੁਣਿਆ ਹੈ ਉਹਨੂੰ ਇੱਕ ਵਾਰੀ ਕਿਵੇਂ ਗੱਲੋ ਬਾਈ ਇੱਕ ਵਾਰੀ ਤੈਨੂੰ ਫੋਨ ਕੀਤਾ ਇੱਕ ਵਾਰੀ ਉਹ ਤਾਂ ਮੁੜ ਮੈਂ ਤੁਹਾਡੀ ਗੱਲ ਸੁਣਦਾ ਹੀ ਮੂੰਹ ਤੁਸੀਂ ਨਾ ਉਹਨੂੰ ਗੱਲੋ ਕਿਤੇ ਤੇ ਮੈਂ ਆ ਜਾਂਦਾ ਪਹਿਲੇ ਮੇਰੀ ਗੱਲ ਸੁਣ ਲਵਿਆ ਉਸ ਤੋਂ ਪਿੱਛੇ ਜਿਵੇਂ ਤੁਹਾਡਾ ਦਿਲ ਕਰੇ ਐਂ ਕਰਿਆ ਹਾਲਾ ਮੁੜ ਜਲਦੀ ਆ ਤੇ ਮੁੜ ਉਹਨਾਂ ਨੂੰ ਇੱਕ ਵਾਰ ਮਣੇ ਕਰਦੇ ਆ ਸਾਈਡ ਤੇ ਅਗਰ ਮੈਂ ਮਣੇ ਹੋ ਕੇ ਤੇਰੀ ਗੱਲ ਸੁਣਦਾ ਤੇ ਠੋ ਆ ਬਾਈ ਨਾ ਪਤਾ ਲੱਗੇ ਚਲੋ ਮੈਂ ਆਇਓ ਠੀਕ ਹੋ ਜਲਦੀ ਆਓ ਇੱਕ ਵੀਰਾ ਇਨਸਾਫ ਕਰੇਂਦਾ ਤੇ ਦੂਆ ਚਾਰ ਆਨੇ ਲਾਇ ਕੇ ਤੇ ਰੋਲਾ ਮੁਕੈਂਦਾ ਐ ਠੀਕ ਹੈ ਜਿਹੜਾ ਰੋਲਾ ਹੀ ਇਹਨਾਂ ਕੋਲ ਗਿਆ ਬਸ਼ਰ ਨੂੰ ਕੀਤਾ ਮੈਂ ਫੋਨ ਹੋ ਤੇ ਹੁਣ ਭਾਈਆ ਜਿਹੜਾ ਗੱਲ ਬੜੇ ਹੌਸਲੇ ਨਾਲ ਕਰੀ ਉਹ ਆਉਂਦਾ ਪਿਆ ਅਸਲਾਮ ਅਲੈਕੁਮ ਰਿਜ਼ਵਾਨ ਭਾਈ ਕੀ ਹਾਲ ਹੈ ਵਈ ਦੇ ਆ ਭਾਈ ਜਾ ਤੂੰ ਸਲਾਮ ਹੋਣ ਦੇਣਾ ਇਤੋਂ ਉਸ ਗਰੀਬ ਨਾਲ ਚੰਗਾ ਕੀਤਾ ਮੱਠਾ ਦੇਖ ਜਾ ਮੈਨੂੰ ਅੱਜ ਮਰਨਾ ਤੇ ਲਿਤਰਾ ਨਾਲ ਮਰਨਾ ਭਾਈਆ ਆ ਜੂ ਗਿਆ ਉਹ ਸਵਾਣੀ ਕਿੱਥੇ ਹੈ ਜਿਹੜੀ ਘੜ ਕੇ ਲੈ ਗਿਆ ਉਹ ਮੱਠਾ ਉਹ ਭਾਈਆ ਆ ਜੂ ਗਿਆ ਹੌਸਲੇ ਨਾਲ ਗੱਲ ਲੈ ਹੌਸਲੇ ਨਾਲ ਫੈਸਲੇ ਹੁੰਦੇ ਨੇ ਆ ਜੂ ਗਿਆ ਭਵੇਂ ਨਾ ਇੱਥੇ ਮੁਬਸ਼ਰ ਹੋ ਭਵੇਂ ਇੱਥੇ ਹੀ ਭਾਇ ਜਾਣਾ ਰਿਜ਼ਵਾਨ ਭਾਈ ਪਤਾ ਕੀ ਹੈ ਜੀ ਜੀ ਤੁਸੀਂ ਇੱਕ ਵਾਰੀ ਮੇਰੀ ਗੱਲ ਸੁਣ ਲਿਓ ਆਏ ਨਾ ਉਹ ਗੱਲ ਗੁਣ ਸੁਣ ਲਈ ਸਾਹਿਬ ਪਹਿਲੇ ਤੂੰ ਸਮਾਣੀ ਤਾਂ ਇੱਥੇ ਲਾਇਆ ਐਵੇਂ ਤੂੰ ਗੱਲਾਂ ਸਾਨੂੰ ਬੁਲਾਈ ਜਾ ਹਰ ਗੱਲ ਵਿੱਚ ਜਜ਼ਬਾਤ ਓ ਯਾਰ ਅੱਜ ਕੇ ਨਾ ਯਾਰ ਤੂੰ ਵਿੱਚ ਕੀ ਤੰਗੜਾਈ ਹੋਈ ਹੈ ਹਰ ਗੱਲ ਜਜ਼ਬਾਤ ਕੋਈ ਪਿਆਰ ਨਾਲ ਵੀ ਗੱਲ ਕਰ ਲਈ ਕਰ ਮੈਨੂੰ ਦੀ ਗੱਲ ਸੁਣ ਲੈਂਦੇ ਤੇ ਮੋੜ ਆਉਂਦੇ ਪੈ ਓਏ ਇਹਨੂੰ ਅੰਦਰ ਜਾ ਕੇ ਸਮਝਾ ਬੰਦਿਆਂ ਤਰ੍ਹਾਂ ਫੇਰ ਨਹੀਂ ਮੈਂ ਮੇਰੀ ਗੱਲ ਮੰਨੇ ਨਹੀਂ ਤਾਂ ਮੈਂ ਪੂਜੋ ਖਪਾ ਛੱਡਣਾ ਇੱਥੇ ਸਾ ਕੇ ਬਦਮਾਸ਼ੀ ਕੀਤੀ ਉਸ ਗਰੀਬ ਔਰ ਰੋਂਦਾ ਧੁੰਦਾ ਪਿਆ ਇੱਥੇ ਮੇਰੇ ਬੂਹੇ ਤੇ ਆ ਕੇ ਅਗਲੀ ਗੱਲ ਛੱਡ ਇਹ ਸਵਾਣੀ ਵੀ ਦੇਸੀ ਤੇ ਵਿੱਚੋਂ ਨਾਗ ਨਾਲ ਲੀਕਾਂ ਵੀ ਕੱਟ ਸੀ ਜਿਵੇਂ ਤੁਸੀਂ ਆਖਿਆ ਨਾ ਮੈਂ ਉਵੇਂ ਕਰਨ ਨੂੰ ਆਮੀਨ ਹੈ ਮੇਰੀ ਤੁਸੀਂ ਇੱਕ ਵਾਰ ਇਹਨੂੰ ਸਮਝਾ ਜਾ ਕੇ ਆਗਾ ਮੈਂ ਇਹਨੂੰ ਬੜਾ ਸਪੋਰਾ ਵਾਰ ਰਿਜ਼ਵਾਨ ਵੀਰਾ ਤੇਰੇ ਭਾਈ ਵੱਲੋਂ ਵੇਖ ਕੇ ਨਾ ਮੈਨੂੰ ਤਾਂ ਖੌਫ ਆਉਂਦਾ ਹੀ ਉਹ ਜਿਵੇਂ ਉਹਦਾ ਕਾਦ ਬੋਤੇ ਨੂੰ ਉਸ ਮੈਨੂੰ ਹੇਕ ਲਾਈ ਨਾ ਤੇ ਮੈਂ ਤਾਂ 75-145 ਲੈਣੀ ਹੈ ਐਵੇਂ ਦਾ ਪਿਆ ਮੈਂ ਇਸੇ ਤੁੱਤੇ ਨੂੰ ਲਾਮੇ ਸਦਿਆ ਮੇਰੇ ਦਿਲ ਦੀ ਪਤਾ ਕੀ ਹੈ ਜਿਹੜੇ ਚਾਰ ਆਨੇ ਲੈਣੇ ਹੀ ਨੇ ਉਹ ਮੈਂ ਤੁਹਾਨੂੰ ਦੇਵਣ ਨੂੰ ਤਿਆਰ ਆ ਤਿਆਰ ਦੇ ਪਿਆ ਚਾਰ ਆਨੇ ਭਾਈ ਇਹਦਾ ਗੁੱਸਾ ਵੀ ਚਾਰ ਆਨੇ ਨਾ ਕੰਮ ਬਣਦਾ ਜਿਵੇਂ ਤੇਰਾ ਉਹ ਕਾਵੜਿਆ ਖਲਾ ਨਾ ਮੇਰਾ ਤਾਂ ਹੁਣ ਉਹਦੇ ਕੋਲ ਜਾਵਣ ਵਾਸਤੇ ਰੋਹ ਹੀ ਨਹੀਂ ਪਿਆ ਕਰਦਾ ਤੇ ਹੁਣ ਪਤਾ ਕੀ ਕਰੋ ਕੋਈ ਡੇਟ ਵਧਾ ਭਾਈ ਇਹਨੂੰ ਮੱਠਾ ਮੈਂ ਕਰ ਲਈ ਚਲੋ ਠੀਕ ਹੈ ਮੈਂ ਨਾ ਤੁਹਾਨੂੰ 20,000 ਰੁਪਈਆ ਦੇ ਸਕਦਾ
ਸਹੀ ਹੈ ਤੇ ਇਹ ਗੱਲ ਜਿਹੜੀ ਹੈ ਨਾ ਕਿਵੇਂ ਇੱਥੇ ਹੀ ਰਫਾ ਦਫਾ ਕਰ ਸਾਈਆਂ ਨੂੰ ਮੁਤਮਿਨ ਕਰਨਾ ਹੈ ਉੱਥੇ ਮੈਂ ਧੋ ਲਾਣਾ ਤਿਲ ਕਰਾਂ ਨਾ ਅੰਦਰੋਂ ਤਾਂ ਮੈਂ ਤੇਰੇ ਨਾਲ ਹੀ ਆਣਾ ਉਹ ਤੂੰ ਐਵੇਂ ਸਮਝੀ ਮੈਂ ਤੇਰੇ ਨਾਲ ਹੀ ਆ ਉਹਨਾਂ ਨੂੰ ਕਰਾਂ ਮੁਤਮਿਨ ਕਰਨ ਵਾਸਤੇ ਤੇਰੇ ਨਾਲ ਮੈਂ ਧੋ ਲਾਣਾ ਤੂੰ ਕਰਨੀ ਹੈ ਤੇ ਕੋਈ अंदर जेड़ा मैं लित्तर पुल्ला कर छड़े ही ना ये पिछू पिछले ने दसेगा भाई ओ जा काम नहीं करना इत्थे चाचा जीवन जेड़ा रोंदा धोंदा वदा उन किदे गत्ती आई ओ चाचा जीवन शोदा इदे गया ओनु साथ तोरा ओनु आग भाई देंदा छो ਹੋਰਾਂ ਉਹਨੂੰ ਮੁੜ ਸਾਧ ਲਿਆ ਉਹ ਤਾਂ ਉੱਠੀ ਪਾਓ ਮੈਂ ਉਹਨੂੰ ਚਾਚਾ ਜੀਵਾਂ ਨੂੰ ਲੈ ਆਉਂਦਾ ਤੂੰ ਵੀ ਸਾਧ ਲਾਇਆ ਜਿਹਨੂੰ ਲੈ ਗਿਆ ਉਹਨੂੰ ਵੀ ਲਾਇਆ ਉੱਠੀ ਪਾਓ ਤੇ ਡੰਦਾ ਵਧਾ ਆ ਰਿਜ਼ਵਾਨ ਬਾਈ ਨੂੰ ਆਵਣ ਦਿਓ ਜੀ ਮੁੜ ਜਿਹੜਾ ਫੈਸਲਾ ਹੁੰਦਾ ਮੈਂ ਦੋਵਾਂ ਨੂੰ ਹੀ ਸਦਾ ਲੈਂਦਾ ਅਰੇ ਜੀ ਹੁਣ ਕਾਹ ਮੁੱਕਦੀ ਹੈ ਜਾਂ ਨਹੀਂ ਉਹ ਬਾਈ ਜੀਵਾਂ ਅਲੀ ਤੂੰ ਬੇਫਿਕਰ ਹੋ ਜਾ ਹਾਂ ਉਹ ਛੋਰਾ ਹੈ ਕੋਈ ਨਹੀਂ ਆਇਆ ਓਏ ਹੁੰਦੀ ਜੁਰਾ ਤਾਂ ਉਹ ਤਾਂ ਮੈਨੂੰ ਪਤਾ ਹੈ ਜੀ ਲੈ ਉਹਨੂੰ ਲਿਤਰਾ ਨਾ ਨਾ ਇੱਥੇ ਲਿਆਉਣਾ ਦੀ ਕਮਿਓੜਾ ਹੈ ਸਾਡੇ ਥੇ ਦਾ ਭਾਈਆ ਹੋ ਜਾ ਬੇਫਿਕਰ ਤੇ ਦਿਲ ਨੂੰ ਦੇ ਤਸੱਲੀ ਭਾਈਏ ਦਾ ਗੁੱਸਾ ਵੇਖੀ ਭਾਈਏ ਦਾ ਤੇ ਮੇਰੀ ਇਹ ਸਲਾਹ ਬਣੀ ਉਹਨੂੰ ਥਾਣੇ ਫਦਾ ਲੈਣਾ ਲਿਤਰਾ ਮਰਾ 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 ਕੇ ਨਾ ਉਹਦੀ ਇਹਨਾਂ ਤਬੀਅਤ ਸੈੱਟ ਕਰਾ ਦੇਣਾ ਭਾਈਏ ਜੀ ਮੈਂ ਚਾਹਨਾ ਜੀ ਕੁੱਤੇ ਨੂੰ ਪਤਾ ਲੱਗੇ ਵੀ ਕਿਸੇ ਦੇ ਦੀ ਕਿਵੇਂ ਲੈ ਜਾਂਦੀ ਉਹ ਬਾਲਾ ਉਹ ਅਗਲੀ ਗੱਲ ਵੀ ਤਾਂ ਵੇਖਣਾ ਥਾਣੇ ਵਾਲਾ ਵੀ ਤੇ ਐਵੇਂ ਕੋਈ ਨਹੀਂ ਨਾ ਫਦਣਾ ਹਾਂਜੀ ਥਾਣੇ ਵਾਲਿਆਂ ਵੀ ਤੇ ਐਵੇਂ ਕੋਈ ਨਾ ਪਤਾ ਤੀ ਪਤੀ ਰਿਸ਼ਵਤ ਦਾ ਜ਼ਮਾਨਾ ਹੋਇਆ ਥਾਣੇ ਵਾਲਿਆਂ ਦੇਣਾ ਪੈਣਾ 31,000 ਰੁਪਈਆ 30,000 ਰੁਪਈਆ ਜੀ ਬਾਕੀ ਤੂੰ 30,000 ਰੁਪਈਆ ਦੇ ਮੈਂ ਆਂਦਾ ਤੇਰੇ ਬਾਜ਼ਾਰ ਵਿੱਚੋਂ ਨਾ ਲਕਸੀਗਾ ਮੈਂ ਉਹਦੀ ਪਿਛਲੇ ਜੰਮੇ ਵੀ ਨਾ ਤੇਰੇ ਬਾਜ਼ਾਰ ਵਿੱਚ ਲਕਸਣ ਮੈਂ ਜੋ ਲਿੱਤਾ ਰਹੀ ਉਹਨੂੰ ਇਤਨੇ ਮਰਾ ਗਦਨੇ ਹਾਂ ਤੂੰ 30,000 ਰੁਪਈਆ ਦੇ ਤੇਰੀ ਬੱਚੀ ਵੀ ਹਟਵਾ ਦੇਣੀ ਹੈ ਤੇ ਪਿੱਛੋਂ ਪਿੱਛੇ ਜ਼ਿੰਦਗੀ ਉਹ ਤੇਰੇ ਬਾਜ਼ਾਰ ਵਿੱਚ ਵੀ ਨਾ ਲਕਸੀ ਡੇਰੇਦਾਰ ਗੁਰੂ ਦੇਵ ਹੀ ਨਾ ਮੁੜਾ ਸਾ ਫੈਸਲੇ ਕਿਦੂ ਕਰਨੇ ਗੁਰੂ ਦੇਵ ਕਹਿੰਦੇ ਸੀ ਮੁੜ ਕੋ ਲਾਂਗੋ ਆ ਭੁੱਖੇ ਹੋ ਜਾ ਨਹੀਂ ਜੀ ਤੁਸੀਂ ਤੁਹਾਨੂੰ ਜੀ ਮੈਂ ਕੀ ਆਖਣ ਤੁਸੀਂ ਚੱਟੀ ਭਰ ਜੀ ਮੈਂ ਵੇਖੇ ਨਾ ਹੇ ਕੋ ਨੂੰ ਅਸਾਂ ਇੱਥੇ ਵੀ ਇੱਜ਼ਤ ਕਰਾ ਕੇ ਡੇਰੇ ਭਾਈ ਤੂੰ ਪੈਸੇ ਹੀ ਆਪਣੇ ਕੋਲ ਦੇ ਵੀ ਇਹ ਕਿਹੜੀ ਕਿਤਾਬ ਹੈ ਹੁਣੇ ਆਏ ਆ ਗਏ ਇੱਥੇ ਸਦਨੇ ਹੈਗਾ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਅਸਲਾਮ ਅਲੈਕੁਮ ਮਾਰ ਸਾਹਿਬ ਜੀ ਆ ਚਾਚਾ ਉਤਾ ਮੰਜੀ ਦੇ ਹੋ ਕੇ ਬੋ ਆ ਨਹੀਂ ਸਾਡੀ ਬੋ ਤੇ ਜਗਾ ਆ ਨਹੀਂ ਮਾਸੀ ਉਤਾ ਹੋ ਕੇ ਬਾ ਉਤਾ ਉੱਠੀ ਓ ਆਏ ਜੀ ਆ ਹਾਂ ਇੱਥੇ ਬਾਈ ਬੈਠਾ ਚਲ ਆ ਭਾਈ ਆ ਬੋ ਤੁਹਾਡੇ ਦਰਵਾਜ਼ੇ ਤੇ ਆ ਗਿਆ ਮੈਂ ਖਾਲੀ ਕੋ ਜਾਵਣਾ ਮੈਂ ਸਾਰਾ ਕਰ ਲੈਣਾ ਉਹ ਰਾ ਛੋਰੇ ਮੇਰੀ ਗੱਲ ਥੋੜੀ ਤੇ ਬਣੇ ਹਾਂ ਅੱਜ ਪਤਾ ਲੱਗ ਜਾਂਦਾ ਚੁੱਪ ਆਣਾ ਹੈ ਵੱਟੇ ਸਕਾਈ ਲਈ ਆਵੀਂ ਉਹ ਚੁੱਪ ਕਰ ਕੋ ਮਤ ਓਏ ਇੱਥੇ ਤੁਸੀਂ ਡੇਰੇ ਤੇ ਬੈਠੇ ਹੋਗੇ ਤੇ ਘਰ ਬੈਠੇ ਠੀਕ ਹੈ ਜੀ ਬੈਠੇ ਹੋ ਠੀਕ ਹੈ ਜੀ ਪਿਓਏ ਤੇਰਾ ਗਰੀਬ ਤੇ ਰੋਂਦਾ ਧੋਂਦਾ ਵਦਾ ਤੇ ਕੋਈ ਨਹੀਂ ਬੰਦਿਆਂ ਤੂੰ ਚਗਲਾਂ ਵਗ ਜਾਂਦੀਆਂ ਨੂੰ ਤੇ ਉਹ ਹੀ ਵਿਚਾਰਾ ਮਰਦਾ ਪਿਆ ਮੈਂ ਤਾਂ ਤੈਨੇ ਅਕਸਾਂ ਚੁੱਪ ਕਰਕੇ ਉਹਦੇ ਹੱਲ ਵਗ ਜਾ ਉਹ ਸ਼ੋਦੇ ਦੀ ਹਾਲਤ ਨੂੰ ਵੇਖੀ ਜਾਂਦੀ ਮੈਥੋਂ ਇਹ ਜਿਹੜਾ ਹੈ ਨਾ ਮੁਸਟੰਡਾ ਇਹੋ ਜਿਹੇ ਮੁਸਟੰਡੇ ਜਿਹੜੇ ਹੁੰਦੇ ਨਾ ਇਹੋ ਜਿਹੇ ਤਾਂ ਹੋਰ ਵੀ ਸਹਿ ਲੱਭ ਜਾਂਦੇ ਨੇ ਤੇ ਜਿਹੜਾ ਇਹਨਾਂ ਨਾ ਮਾਂ ਜੰਮਣਾ ਤੇ ਨਾ ਪਿਓ ਤੇ ਨਾ ਰਲਣਾ ਤੇ ਨਾ ਤੋਂ ਜੰਮਣਾ ਮੋੜੋ ਤੇ ਪਿਓ ਤੇਰਾ ਹੈ ਸ਼ੋਦਾ ਰੋਂਦਾ ਮਾਂ ਤੇਰੀ ਅੱਗੇ ਮਰ ਗਈ ਹੋਈ ਹੈ ਤੈਨੂੰ ਪਤਾ ਹੈ ਤੇ ਪਿਓ ਤੇਰਾ ਸ਼ੋਦਾ ਰੋਂਦਾ ਦੋਂਦਾ ਵਧਾ ਹੈ ਤੇ ਤੂੰ ਉਹਦੇ ਹੱਲ ਵਗ ਜਾ ਤੇ ਮੈਂ ਤਾਂ ਤੈਨੂੰ ਇਹੋ ਹੀ ਸਮਝਾਵਣਾ ਹੈ ਜਿਹੜੀ ਹੁੰਦੀਆਂ ਨਾ ਧੀਆਂ ਉਹ ਪਿਓ ਦੀ ਹੁੰਦੀਆਂ ਪੱਗ ਉਹ ਨਹੀਂ ਉਛਾਲਣੀ ਚਾਹੀਦੀ ਤੂੰ ਉਹਨਾਂ ਉਹਦੇ ਹੱਲ ਵਗ ਜਾ
ਤੁਸੀਂ ਸਹੀ ਆਂਦੇ ਪਏ ਜਿਵੇਂ ਤੁਸੀਂ ਆਖਿਆ ਮੈਂ ਉਹਵੇਂ ਕਰ ਲਈ ਠੀਕ ਹੈ ਜੀ ਸਮਝਾ ਲਿਆ ਇਹਨੇ ਹਾਂ ਮੈਂ ਵੀ ਸਮਝਾ ਦੋ ਮਿੱਠੇ ਵੀ ਆਵਾਂ ਨੇ ਹੁਣ ਮੈਂ 6 ਨੂੰ ਮੈਂ ਸਮਝਾ ਲਵਾਂ ਦਾ ਕਿਵੇਂ ਨਹੀਂ ਜਾਂਦੀ ਚਲੋ ਖੈਰ ਧਿਆਨ ਨਾਲ ਸਮਝਾਏ ਹਾਂ ਬਰ ਬਿਰਾ ਮੇਰੇ ਕੀ ਆਖੇ ਅਸੀਂ ਉਹ ਸਮਝਾਇਆ ਹੈ ਬਈ ਜਿਹੜੀ ਆਉਂਦੀਆਂ ਨਾ ਧੀਆਂ ਪਿਓ ਦੀ ਪੱਗ ਹੁੰਦੀਆਂ ਤੇ ਪਿਓ ਤੇ ਅੱਬੂ ਗਰੀਬ ਹੈ ਤੇ ਉਹਦੇ ਨਾਲ ਵਗ ਜਾ ਮੈਂ ਕਿਹਾ ਜਿਵੇਂ ਤੂੰ ਆਖਿਆ ਮੈਂ ਉਵੇਂ ਕਰ ਲਈ ਸਾਂ ਬਿਲਕੁਲ ਉਸ ਗੱਲ ਸਹੀ ਕੀਤੀ ਹੈ ਪਰ ਇਹ ਕਿ ਮੇਰੀ ਗੱਲ ਸੁਣੋ ਕਿ ਜੋ ਅਕਲ ਨੀਚੇ ਲਈ ਗਿਆ ਹੈ ਤੇ ਇਹੋ ਜਿਹੇ ਕੋਈ ਮੁੜ ਦੁਬਾਰਾ ਲੱਭਦੇ ਨੇ ਬਾਅਦ ਵਿੱਚ ਮਾਂ ਪਿਓ ਦਾ ਦਿਲ ਹੁੰਦਾ ਨਰਮ ਤੇ ਬਾਅਦ ਦੇ ਪੈਰਾਂ ਦੇ ਡਹਿ ਡੂ ਕੇ ਮਨਾ ਲਈ ਸਾਂ ਤੇ ਤ੍ਰਿਕੜੀ ਰਮੀ ਉਸੇ ਨਾਲ ਹੀ ਜਿੰਨਾ ਘੋਰਾ ਭਾਜਿਆ ਤ੍ਰਿਕੜੀ ਜੇ ਪਿਓ ਹੱਥ ਫੱਦੀ ਨਾ ਹਾਲ ਹਾਲ ਗਾਦੀ ਤੂੰ ਤੂੰ ਮੈਂ ਆਪੇ ਪੇੜ ਪੁੱਛ ਤੇਰੇ ਆਖਾਂ ਦਾ ਕੀ ਮਤਲਬ ਹੈ ਅੱਬੇ ਮੈਂ ਮਾਰ ਗਤਾ ਹਾਂ ਉਹ ਇਹ ਮੇਰਾ ਪਿਰਾ ਉਹਨਾਂ ਦੇ ਨਾਲ ਰਲਿਆ ਹੋਈ ਨਾ ਤੀ ਟੋਕ ਛੱਡ ਨਹੀਂ ਸੱਚੀ ਹਾਂ ਤੂੰ ਜੇ ਤੇਰਾ ਪਿਓ ਤੇਰੀ ਬਾਹ ਫੱਦਣ ਲੱਗੇ ਨਾ ਤੂੰ ਹਾਲ ਹਾਲ ਗਾਦੀ ਅੱਗੇ ਮਾਪੇ ਪੇੜ ਸੋਹਰਾ ਭਾਜਿਆ ਪੂਰਾ ਭਾਜਿਆ ਪਰ ਆ ਛੇ ਰਹਿ ਇੱਥੇ ਬੋ ਪਰ ਭਾਜਿਆ ਇੱਥੇ ਆ ਕੇ ਬਹਿ ਜਾ ਇਦੇ ਜੀ ਮੇਰੇ ਕੋਲ ਆ ਕੇ ਬਹਿ ਜਾ ਵਿਆਹ ਤੇ ਚਾਚਾ ਜੀ ਮੋਣੋ ਜੀ ਗੱਲ ਹੁਣ ਮੈਂ ਮੁਕਾ ਛੱਡੀ ਹਾਂ ਜੀ ਹੁਣ ਇੰਜ ਕਰੋ ਜੀ ਆ ਧੀ ਦੀ ਫਾਤਬਾ ਤੇ ਲੈ ਤੁਹਾਡਾ ਭਲਾ ਹੋਵੇ ਜੀ ਤੁਹਾਡਾ ਭਲਾ ਹੋਵੇ ਹਾਂ ਸ਼ਾਬਾਸ਼ ਜੀ ਓਲੇ ਭਾਈ ਜੀ ਮੈਂ ਤੇ ਨਾ ਲੰਬਾ ਕੋਈ ਨਹੀਂ ਜਾਵਾਂ ਮੈਂ ਇਸ ਦੁਕਾਈ ਨਾ ਮੈਂ ਨਿਕਲੀ ਬਈ ਮੈਂ ਤੇ ਨਾ ਅਟਕ ਜਾਵਾਂ ਮੈਂ ਤਾਂ ਮੁੰਬਈ ਸ਼ਹਿਰ ਨਾਲ ਜਾਵਾਂ ਓਏ ਉੱਠਿਆ ਇਥੋਂ ਡਾਂਗ ਫਾਤ ਤੇ ਮਾਰੇ ਨੂੰ ਜਾਂਦੀ ਆ ਘੋੜੀ ਆ ਜਾਂਦੀ ਭਾਈ ਤੂੰ ਮੁਕਾਤ ਮਾਰਨਾ ਤੇਰੀ ਸਲਾ ਬਈ ਪ੍ਰਾਈ ਧੀ ਬੈ ਨੂੰ ਮਾਰ ਕੇ ਦਾ ਮੈਂ ਥਾਣੇ ਢਕਿਆ ਪਿਆਵਾਂ ਚੰਗਾ ਫੈਸਲਾ ਪਿਆ ਕਰਦਾ ਰੇ ਵਾਹ ਵੀ ਮੀਆਂ ਬੀਵੀ ਰਾਜ਼ੀ ਤੇ ਕੀ ਕਰੇ ਸੀ ਕਾ ਜੇ ਪੁੱਲੇ ਚੱਲਣ ਵਾਸਤੇ ਸੀ ਤੇ ਸੁੱਖਾਂ ਵਾਸਤੇ ਕੋਈ ਹੋਰ ਵਾਹ ਬਈ ਵਾਹ ਬੜੇ ਫੈਸਲੇ ਪਿਆ ਕਰ ਮੈਂ ਨਾ ਮੇਰੇ ਕੋਲ ਨਹੀਂ ਨਹੀਂ ਅੱਬਾ ਪਰਾਂ ਕੇ ਬਾ ਮੈਂ ਤੂੰ ਦੂਰ ਹੋ ਕੇ ਬਾ ਮੇਰੇ ਨੇੜੇ ਹੀ ਨਾ ਲਾਗ ਦੋ ਮੈਂ ਤੇਰੇ ਨਾਲ ਕੋਈ ਨੂੰ ਜਾਵਾਂ ਸ਼ਾਮਾ ਮੈਂ ਆਪਣੇ ਘਰ ਵਾਲੇ ਨਾਲ ਜਾਸਾਂ ਮਾਰ ਜੀ ਵੇਸੇ ਪਏ ਹੋ ਜੀ ਓ ਭਈਆ ਤੂੰ ਜਾ ਅੱਲਾ ਤੇ ਬੰਦਿਆ ਜੀਵਨ ਅਲੀ ਓ ਉਹ ਛੇੜ ਜੂ ਨਹੀਂ ਰਾਜੀ ਹੁੰਦੀ ਪਈ ਓ ਬਾ ਮੇਰੇ ਅੱਠਾ ਚਾਚਾ ਬਾ ਤਾਂ ਸਹੀ ਓ ਭਈਆ ਮੱਠਾ ਓ ਗੱਲ ਸੁਣੇ ਨਾ ਓ ਬਾ ਉਹ ਤਾਂ ਸਹੀ ਓਏ ਗੱਲ ਸੁਣ ਮੇਰੀ ਜ਼ਮਾਨਾ ਹੀ ਅੱਜ ਕੱਲ ਬੜਾ ਤਰੀਕਾ ਉੱਥੇ ਛੇੜ ਦੀ ਸਹੀ ਜਾ ਬਿਆਨ ਆਪ ਥਾਣੇ ਡੱਗਿਆ ਪਿਓ ਪਿਛਲਾ ਪਾ ਰਹੀ ਕਿਉਂ ਥਾਣੇ ਮਰੂ ਹੈ ਓ ਚਾਚਾ ਹੁਣ ਅਸਾਂ ਤਾਂ ਬਹੁਤ ਸਮਝਾਇਆ ਹੁਣ ਉਹ ਤਾਂ ਹੈ ਕਿਵੇਂ ਹੋ ਰਿਹਾ ਕੀ ਬੰਦੀ ਹੋ ਰਿਹਾ ਕੀ ਕੀ ਤੇਰੇ ਦਾ ਸਰੀ ਕੀ ਤੇਰੇ ਮੈਂ ਅੱਜ ਕਹਿਣਾ ਯਾਰ ਕੀ ਤੇਰੇ ਨਿਕਲ ਇਹ ਤੁਲੇ ਰੇ ਪਰਾਂ ਨਿਕਲ ਪਰਾਂ ਮੈਂ ਤੇ ਜੀ ਕੋਈ ਪਤਾ ਨਹੀਂ ਗੱਲ ਮੈਂ ਪਿਆਦਾ ਓਏ ਦੇਖ ਨਿਕਲ ਜਾਣ ਦੇ ਰੇ ਪਰਾਂ ਚਾਚਾ ਦਾ ਆ ਵਗਦਾ ਤੇਰੀ ਧੀ ਨਿਕਲ ਜਾ ਪਰਾਂ ਇੱਥੇ ਕੀ ਕਰੀਏ ਤੇਰੇ ਆਹ ਤਾਂ ਜਾਣ ਨਹੀਂ ਕੋਈ ਰਿਹਾ ਚੰਗੇ ਦਾ ਵਾਹ ਸੱਚੀ ਸਾਹਿਬ ਵਾਹ ਸੁਭਾਨ ਅੱਲਾ ਦੀ ਖੜਾਈ 3000 ਹੱਥੋਂ ਹੀ ਦਿੱਤਾ ਓਏ ਆਲੇ ਸੱਚੀ